ਦਿਨ ਰੱਖੜੀ ਵਾਲਾ ਅਤੇ ਸਮਾਂ ਰਾਤ ਦਾ ਜਦੋਂ ਇਹ ਭਾਣਾ ਵਰਤਿਆ। ਪਰਿਵਾਰ ਵੱਲੋਂ ਜੋ ਦੱਸਿਆ ਗਿਆ ਉਸ ਮੁਤਾਬਕ ਇੱਕ ਕੁੜੀ ਦੋਹਾਂ ਭਰਾਵਾਂ ਨਾਲ ਗੱਲ ਕਰਦੀ ਸੀ ਅਤੇ ਰਾਤ ਨੂੰ ਸ਼ਰਾਬੀ ਹਾਲਤ ਵਿੱਚ ਦੋਹੇ ਇਸੇ ਗੱਲ ਨੂੰ ਲੈ ਕੇ ਲੜ ਪਏ। ਇਸੇ ਦੌਰਾਨ ਛੋਟੇ ਹੱਥੋਂ ਵੱਡਾ ਮਾਰਿਆ ਗਿਆ। ਪਰਿਵਾਰ ਦੀਆਂ ਜਨਾਨੀਆਂ ਦੇ ਬਿਆਨ ਸਾਹਮਣੇ ਆਏ ਤਾਂ ਇਹ ਕਹਾਣੀ ਨਿਕਲ ਕੇ ਸਾਹਮਣੇ ਆਈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਤਫਤੀਸ਼ ਜਾਰੀ ਹੈ ਅਤੇ ਪੂਰੀ ਜਾਣਕਾਰੀ ਲਈ ਕੁਝ ਸਮਾਂ ਲੱਗਣਾ ਲਾਜ਼ਮੀ ਹੈ। ਫਾਜ਼ਿਲਕਾ ਤੋਂ ਫਟਾਫਟ ਟੀਵੀ ਲਈ ਅਮਰਿੰਦਰਪਾਲ ਅਤੇ ਨਿਜਾ ਦੀ ਇੱਕ ਰਿਪੋਰਟ। ਅੱਛਾ, ਕੀ ਮਾਮਲਾ ਕੀ ਸੀਗਾ? ਮਾਮਲਾ ਬਸ ਇਹਨਾਂ ਦਾ ਭਰਾ ਭਰਾ ਦਾ ਝਗੜਾ ਹੋਇਆ ਕਿਸੇ ਕੁੜੀ ਦੇ ਪਿੱਛੇ। ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੇ ਸੀ, ਛੋਟੇ ਨੂੰ ਵੀ ਕਰਦੇ ਸੀ, ਛੋਟੇ ਨਾਲ ਵੀ ਗੱਲ ਕਰਦੇ ਸੀ ਵੱਡੇ ਨੂੰ। ਬਸ ਉਹਨੇ ਦਰ ਦੁਰ ਪੀਤੀ, ਉਹਨੂੰ ਸ਼ੱਕ ਸੀ ਬਈ ਇਹ ਗੱਲ ਕਰਦਾ ਉਹਦੇ ਨਾਲ। ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਤਾ। ਉਹਦੇ 'ਚ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ, ਪਰ ਸਾਨੂੰ ਹਾਲੇ ਤੱਕ ਕੁਛ ਹੀ ਨਹੀਂ ਪਤਾ ਲੱਗਿਆ। ਅਸੀਂ ਸਵੇਰੇ 5 ਵਜੇ ਦੇ ਫਿਰਦੇ ਪਏ ਹਾਂ। ਸਾਨੂੰ ਕੁੜੀ ਨੇ ਦੱਸਿਆ ਸੀ, ਗੁਰੂ ਸਾਹਿਬ ਅਸੀਂ ਰਹਿੰਦੇ ਹਾਂ ਨਾ, ਕੁੜੀ ਨੇ ਦੱਸਿਆ ਸੀ ਵੀ ਇਸ ਗੱਲ ਹੋ ਗਈ ਹੈ। ਫਿਰ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਹਾਂ, 12 ਵਜੇ ਤੱਕ ਇੱਥੇ ਪਹੁੰਚ ਗਏ ਹਾਂ। ਸ਼ਾਮ ਨੂੰ ਅਸੀਂ ਉੱਥੇ ਗਏ ਨਹੀਂ ਹਾਂ, ਸਵੇਰੇ ਇਹਨਾਂ ਨੂੰ ਉਠਾਇਆ ਜੀ ਜੇਰਾਂ ਨੂੰ, ਇਹ ਉੱਠੇ ਨੇ। ਅਸੀਂ ਫਿਰ 5 ਵਜੇ ਥਾਣੇ ਗਏ ਹਾਂ, ਥਾਣੇ ਦਰਖਾਸਤ ਦਿੱਤੀ ਹੈ। ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ 'ਚ ਥਾਣੇ 'ਚ ਚੱਕਰ ਕੱਟੀ ਜਾਂਦੇ ਹਾਂ। ਲੜਕੀ ਕੌਣ ਸੀ? ਲੜਕੀ ਮਜ਼ਬੀਆਂ ਦੀ ਸੀ, ਉਹਦਾ ਨਾਮ ਕੋਮਲ ਹੈ ਕੁੜੀ ਦਾ। ਬਾਕੀ ਉਹ ਦੋਨੋਂ ਪਾਸੇ ਗੱਲ ਰੱਖਦੀ ਸੀ, ਛੋਟੇ ਭਰਾ ਦੇ ਹੱਥ ਤੋਂ ਬੜੇ ਭਰਾ ਦਾ ਕਤਲ ਕਰਾਤਾ ਉਹਨੇ ਕੁੜੀ ਨੇ। ਅੱਜ ਰੱਖੜੀ ਦਾ ਤਿਉਹਾਰ ਹੈ, ਰੱਖੜੀ ਦਾ ਤਿਉਹਾਰ ਸੀ, ਕੀ ਕੀ ਕਿੱਦਾਂ ਦੇਖਦੇ ਹੋ ਕਿ ਇੱਕ ਭੈਣ ਦੇ ਜਿਹੜੇ ਰੱਖੜੀ ਸਜਾਣੀ ਸੀ? ਅੱਜ ਰੱਖੜੀ ਸਜਾਣੀ ਸੀ, ਬਸ ਖਪਨ ਸਜਾਵਾਂਗੇ। ਸਾਡੇ ਤੋਂ ਇਹ ਬਸ ਸਾਨੂੰ ਇਨਸਾਫ ਮਿਲੇ, ਮੁੰਡੇ ਦਾ ਕਾਤਿਲ ਫੜਿਆ ਜਾਵੇ, ਜਿਹੜੀ ਉਹ ਕੁੜੀ ਹੈ ਨਾ ਉਹ ਕੁੜੀ ਨੂੰ ਵੀ ਸਜ਼ਾ ਮਿਲੇ, ਕਿਉਂ ਉਸ ਕੁੜੀ ਕਰਕੇ ਦੋਨੋਂ ਭਰਾ ਦੀ ਜ਼ਿੰਦਗੀ ਖਰਾਬ ਹੋ ਗਈ ਹੈ। ਇੱਕ ਜਾਨੂ ਚਲਾ ਗਿਆ, ਇੱਕ ਉਵੇਂ ਬਰਬਾਦ ਹੋ ਗਿਆ। ਤੁਹਾਡਾ ਭਰਾ ਸੀ? ਨਹੀਂ, ਮੇਰੇ ਭੈਣ ਦੇ ਮੁੰਡੇ ਸੀ। ਸਾਰੀ ਵਾਰਦਾਤ ਕਿਸ ਤਰ੍ਹਾਂ ਦੇਖਦੇ ਹੋ? ਮਨ ਦੇ ਉੱਤੇ ਬੜਾ ਵੱਡਾ ਬੋਝ। ਮਨ 'ਚ ਤਾਂ ਬਸ ਜਿਹੜੇ ਸਾਡੇ ਦਿਲ ਤੇ ਬੀਤਦੀ ਪਈ ਨੂੰ, ਸਾਨੂੰ ਪਤਾ ਵੀ ਸਾਡਾ ਜਵਾਨ ਮੁੰਡਾ ਗਿਆ ਚਲਾ। ਕੋਈ ਮਾਸੀ ਹੋਵੇ, ਕੋਈ ਮਾਸੀ ਹੋਵੇ, ਕੋਈ ਮਾਂ ਹੋਵੇ, ਮਾਸੀਆਂ ਮਾਵਾਂ ਬਰੋਬਰ ਹੁੰਦੀ ਹੈ। ਜਵਾਨ ਮੁੰਡੇ ਦੀ ਲਾਸ਼ ਵੇਖ ਕੇ ਨੱਚੇ, ਸਾਡੇ 'ਚ ਬਹੁਤ ਫੀਲ ਹੋਈ ਹੈ। ਮੇਰੇ ਬੇਟਾ ਹੈਗਾ ਸੀ ਬੜਾ, ਇਹ ਐਕਸੀਡੈਂਟ ਬਾਈ ਚਾਂਸ ਲਈ ਹੋਇਆ, ਬਿਕੋਜ਼ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ, ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ। ਇਹ ਇੱਕ ਗਲਤ ਫਹਿਮੀ ਦਾ ਹਿੱਸਾ ਹੀ ਹੈ, ਸਾਰਾ ਕੁਛ ਗਲਤ ਫਹਿਮੀ ਦਾ ਹੀ ਹਿੱਸਾ ਹੈ, ਬਾਈ ਚਾਂਸ ਲਈ ਹੋਇਆ ਸਾਰਾ ਕੁਛ। ਇਹ ਗੱਲ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ, ਪਰ ਬਾਈ ਚਾਂਸ ਲਈ ਹੋਇਆ। ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ, ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ, ਛੋਟੇ ਬ੍ਰਦਰ ਨਾਲ। ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ, ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ, ਬਾਈ ਬ੍ਰਦਰ ਵੱਲੋਂ ਇਹ ਕੁਛ ਹੈਗਾ ਨਹੀਂ ਸੀ, ਉਹਨੇ ਬਹੁਤ ਜ਼ਿਆਦਾ ਸਮਝਾਇਆ, ਪਰ ਉਹਦੇ ਇਹ ਸੀਗੇ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ। ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ ਤਾਂ। ਹਾਂਜੀ, ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ, 3 ਦਿਨਾਂ ਤੋਂ ਸ਼ਰਾਬ ਪੀਂਦਾ ਪਿਆ ਸੀ, ਮੈਂਟਲੀ ਡਿਸਟਰਬ ਹੋਇਆ ਪਿਆ ਸੀ, ਹਾਰਟ ਲਈ ਬਰੋਕ ਹੋਇਆ ਪਿਆ ਸੀ। ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ, ਕਾਲ ਕੀਤੀਆਂ ਵੀ ਹਾਂ ਵੀ ਤੂੰ ਮੇਰੇ ਨਾਲ ਗੱਲ ਕਰ ਲੈਣੀ ਤਾਂ ਮੈਂ ਮਰ ਜਾਂਗਾ, ਇਹ ਫਲਾਣ ਮਕਾਨਾ, ਬਟ ਉਹਨੇ ਨਹੀਂ ਆਇਆ। ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜ੍ਹੀ ਜਿਹੀ, ਦੋਵੇਂ ਬ੍ਰਦਰ ਸੀ, ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ, ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ, ਪਰ ਉਹ ਪਿਆਰ ਦੀ
ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ, ਕੋਈ ਧੱਕਾ ਮੁੱਕੀ ਹੋ ਗਈ ਤੇ ਬਾਈ ਐਕਸੀਡੈਂਟ ਹੋ ਗਈ। ਸਰ ਤੁਸੀਂ ਕਿਹੜੀ ਜਗ੍ਹਾ ਆਏ ਹੋ, ਕੀ ਕਾਣ ਵਾਸਤੇ ਜਾਣਕਾਰੀ ਦਿਓ ਇਸ ਬਾਰੇ? ਜੀ ਅਸੀਂ ਇਸ ਟਾਈਮ ਕਰ ਰਹੇ ਹਾਂ ਪੈਰੋ ਵਾਸਤੇ। ਇੱਥੇ ਦੋ ਭਰਾਵਾਂ 'ਚ ਆਪਸੀ ਤਕਰਾਰ ਹੋਇਆ ਸੀਗਾ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ। ਮੌਕੇ ਦੇ ਦੇਖ ਲਿਆ ਹੈਗਾ, ਫੋਰੈਂਸਿਕ ਟੀਮ ਆਈ ਸੀਗੀ, ਮੌਕਾ ਦੇਖਿਆ ਗਿਆ, ਅੱਗੇ ਦੀ ਕਾਰਵਾਈ ਕਰ ਰਹੇ ਹਾਂ। ਸਰ ਕੋਈ ਪਤਾ ਲੱਗਿਆ ਵੀ ਕਿੰਨੇ ਮਾਰੇ, ਕੌਣ ਸੀ ਮਰਨ ਵਾਲਾ, ਕੋਈ ਨਾਂ ਸੀ ਉਹਦਾ ਪਤਾ ਨਹੀਂ? ਆਪਸੀ ਦੋਵਾਂ ਭਰਾਵਾਂ ਤੋਂ ਤੋਂ ਮੈਂ ਹੋਈ, ਉਹਦੇ ਵਿੱਚ ਇੱਕ ਬੰਦੇ ਡੈਥ ਵਾਰਦਾਤ ਰਾਤ ਦੀ ਹੈਗੀ। ਜਿਹੜਾ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਮੌਕੇ ਤੇ, ਡੈਡ ਬੋਡੀ ਮਾਰਤੀ ਹੈ।